ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਆ ਤੁਹਾਡਾ ਸਭ ਦਾ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸਵਾਗਤ ਆ ਤੁਹਾਡਾ ਮੇਰੇ ਚੈਨਲ 'ਤੇ। ਅਤੇ ਮੈਂ ਤੁਹਾਡੇ ਨਾਲ ਅੱਜ ਆਪਣਾ ਇੱਕ ਕੈਮਰਾ ਅਨਬੋਕਸ ਕਰਾਂਗਾ, ਜਿਹੜਾ ਕਿ ਮੈਂ ਨਵਾਂ ਲਿਆ ਹੈ। ਤੁਹਾਡੇ ਸਭ ਦੇ ਪਿਆਰ ਦੇ ਨਾਲ ਮੈਂ ਨਵਾਂ ਲਿਆ ਹੈ ਕੈਮਰਾ। ਪਹਿਲੇ ਮੈਂ ਫੋਨ ਦੇ ਨਾਲ ਹੀ ਵੀਡੀਓ ਸ਼ੂਟ ਕਰਦਾ ਸੀ, ਪਰ ਹੁਣ ਮੈਨੂੰ ਲੱਗਿਆ ਕਿ ਮੈਨੂੰ ਥੋੜ੍ਹੀ ਆਪਣੀ ਕੁਆਲਿਟੀ ਦੇ ਵਿੱਚ ਕੁਛ ਫਰਕ ਲਿਆਉਣਾ ਚਾਹੀਦਾ, ਇਸ ਲਈ ਮੈਂ ਕੈਮਰਾ ਲਿਆਂਦਾ ਆ। ਇਹ ਵਲੋਗਿੰਗ ਕੈਮਰਾ ਹੈ, ਬਹੁਤ ਹੀ ਅੱਛਾ ਇਹਦਾ ਰਿਜ਼ਲਟ ਆ। ਅਤੇ ਆਓ ਆਪਾਂ ਇਹਨੂੰ ਅਨਬੋਕਸ ਕਰਦੇ ਹਾਂ, ਚਲੀਏ ਸ਼ੁਰੂ ਕਰਦੇ ਹਾਂ। ਸੋ ਇੱਦਾਂ ਦਾ ਇਹ ਕੁਛ ਬੋਕਸ ਆ, ਗੋਲਪਲੈਕਸ A900 ਨਿਕਾਨ ਦਾ ਇਹ ਕੈਮਰਾ ਆ। ਅਤੇ ਤੁਸੀਂ ਜਿਵੇਂ ਦੇਖ ਰਹੇ ਹੋ, ਆਪਾਂ ਇਹਨੂੰ ਅਨਬੋਕਸ ਕਰ ਰਹੇ ਹਾਂ। ਸਭ ਤੋਂ ਪਹਿਲੇ ਇਹਨੂੰ ਓਪਨ ਕਰ ਰਹੇ ਹਾਂ, ਇਹਦੇ ਵਿੱਚ ਕੁਝ ਯੂਜ਼ਰ ਮੈਨੂਅਲਸ ਨੇ ਜੋ ਕਿ ਪੜ੍ਹਨ ਦੀਆਂ ਬਹੁਤ ਜ਼ਰੂਰੀ ਨੇ, ਮੈਂ ਪੜ੍ਹ ਲਵਾਂਗਾ। ਅਤੇ ਬਹੁਤ ਹੀ ਜ਼ਰੂਰੀ ਹੁੰਦੀਆਂ ਨੇ ਜਿਹਦੇ ਨਾਲ ਤੁਸੀਂ ਕੈਮਰੇ ਨੂੰ ਚਲਾਉਣਾ ਸਿੱਖ ਸਕਦੇ ਹੋ। ਸੋ ਸਭ ਤੋਂ ਮੇਨ ਚੀਜ਼ ਇਹ ਹੈ ਆਪਣਾ ਕੈਮਰਾ, ਇਹ ਹੈ ਜੀ ਕੈਮਰਾ ਨਿਕੋਨ ਦਾ। ਅਤੇ ਨਿਕੋਨ 35x ਵਾਈਡ ਆਪਟੀਕਲ ਜੂਮ VR 35x, ਇਹ 4K ਕੈਮਰਾ ਆ। ਅਤੇ ਆਪਾਂ ਹੁਣ ਇਹਨੂੰ ਦੇਖਦੇ ਹਾਂ ਇਹਦੇ ਵਿੱਚ ਖਾਸ ਕੀ ਹੈ। ਇਹਦੇ ਵਿੱਚ ਖਾਸ ਹੈ ਇਹ ਚੀਜ਼ ਜਿਹੜੀ ਕਿ ਤੁਸੀਂ ਇਹਦੇ ਨਾਲ ਵਲੋਗ ਸ਼ੂਟ ਕਰ ਸਕਦੇ ਹੋ, ਅਤੇ ਬਹੁਤ ਹੀ ਅੱਛਾ। ਮੈਂ ਹੋਰ ਇਹਦੇ ਵਿੱਚ ਜੋ ਵੀ ਚੀਜ਼ਾਂ ਇਹਦੇ ਨਾਲ ਮਿਲੀਆਂ ਨੇ ਮੈਂ ਉਹ ਵੀ ਤੁਹਾਨੂੰ ਦਿਖਾਉਣਾ ਬੋਕਸ ਵਿੱਚੋਂ ਮੈਂ ਖਾਲੀ ਕਰਦਾ। ਇਹਦੇ ਵਿੱਚ ਮਿਲੀ ਹੈ ਇੱਕ ਚਾਰਜਿੰਗ USB ਕੇਬਲ, ਅਤੇ ਬਹੁਤ ਹੀ ਵਧੀਆ ਚੀਜ਼ ਹੈ। ਅਤੇ ਹੋਰ ਦੇ ਨਾਲ ਮਿਲਿਆ ਹੈ ਇੱਕ ਚਾਰਜਰ, ਇਹ ਚਾਰਜਰ ਹੈ ਜੀ ਇਹਦਾ ਨਿਕੋਨ ਦਾ। ਅਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਚਾਰਜਰ ਹੈ, ਇੰਡੀਅਨ ਚਾਰਜਰ ਹੈ ਨਾ। ਅਤੇ ਹੋਰ ਇਹਦੇ ਨਾਲ ਕੀ ਮਿਲਿਆ ਹੈ, ਯੈਸ ਇਹਦੇ ਨਾਲ ਆ ਸਟ੍ਰੈਪਸ ਮਿਲਿਆ ਵਾ ਜਿਹਦੇ ਨਾਲ ਤੁਸੀਂ ਕੈਮਰੇ ਨੂੰ ਫੋਲਡ ਕਰ ਸਕਦੇ ਹੋ। ਚਲੋ ਇਹ ਸਾਰੀਆਂ ਚੀਜ਼ਾਂ ਨੂੰ ਹਟਾ ਕੇ ਪਹਿਲੇ ਮੇਨ ਚੀਜ਼ ਧਿਆਨ, ਮੇਨ ਚੀਜ਼ ਸਾਡੀ ਹੈਗੀ ਹੈ ਕੈਮਰਾ। ਸੋ ਦੋਸਤੋ ਇਹ ਕੈਮਰਾ ਆ, ਅਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਔਨ ਕਰਦੇ, ਮੈਂ ਤੁਹਾਨੂੰ ਇੱਧਰੋਂ ਕਰਕੇ ਦਿਖਾਉਣਾ, ਬਹੁਤ ਵਧੀਆ ਲੱਗਦਾ ਔਨ ਕਰਨਾ। ਇਹਦਾ ਲੈਂਸ ਬਾਹਰ ਆਊ, ਦੇਖੋ ਇੱਦਾਂ ਦਾ ਕੁਛ ਕੈਮਰਾ ਆ ਜਿਵੇਂ ਤੁਸੀਂ ਦੇਖ ਸਕਦੇ ਹੋ। ਅਤੇ ਇਹਦੇ ਨਾਲ ਇਹ ਸਕਰੀਨ ਆ, ਕੁਛ ਇੱਦਾਂ ਦਾ ਇਹਦਾ ਰਿਜ਼ਲਟ। ਸੋ ਤੁਸੀਂ ਦੋਸਤੋ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਾਂ ਇਹਦੇ ਨਾਲ ਰਿਕਾਰਡਿੰਗ ਕਰ ਸਕਦੇ ਹਾਂ। ਅਤੇ ਕੁਛ ਇਸ ਤਰ੍ਹਾਂ ਦਾ ਕੈਮਰਾ ਹੈ, ਇਹਦੇ ਵਿੱਚ ਇੱਕ ਦੋ ਫੀਚਰਸ ਹੋਰ ਨੇ, ਇਹਨੂੰ ਆਪਾਂ ਇੱਦਾਂ ਵੀ ਕਰ ਸਕਦੇ ਹਾਂ ਸਕਰੀਨ, ਔਰ ਹੋਰ ਹੈ ਇੱਦਾਂ ਵੀ ਕਰ ਸਕਦੇ ਹਾਂ, ਔਰ ਇਹਨੂੰ ਬਿਲਕੁਲ ਆਨ ਵੀ ਲਗਾ ਸਕਦੇ ਹਾਂ। ਸੋ ਇਹਦੇ ਵਿੱਚ ਇਹ ਟੱਚ ਨਹੀਂ ਹੈ ਕਿਉਂਕਿ ਮੈਨੂੰ ਇੱਕ ਬਜਟ ਕੈਮਰਾ ਚਾਹੀਦਾ ਸੀ ਵਲੋਗਿੰਗ ਵਾਸਤੇ। ਸੋ ਦੋਸਤੋ ਮੈਂ ਇੱਕ ਬਜਟ ਕੈਮਰਾ ਚੂਜ਼ ਕੀਤਾ ਆ, ਅਤੇ ਇਹ ਕੁਛ ਕੈਮਰਾ ਆਇਆ ਦਾ 22,000 ਰੁਪਏ ਦਾ ਕੈਮਰਾ ਮੈਨੂੰ ਮਿਲਿਆ, ਅਤੇ ਮੈਂ ਜਿੱਥੋਂ ਖਰੀਦਿਆ ਲੁਧਿਆਣੇ ਤੋਂ ਹੀ ਖਰੀਦਿਆ। ਇਹਦੇ ਸਾਰੀ ਡਿਟੇਲਸ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੂੰਗਾ। ਅਤੇ ਨਿਕੋਨ ਜਿੱਦਾਂ ਹੈ ਨਾ, ਅਤੇ ਬਹੁਤ ਹੀ ਅੱਛਾ ਇਹਦਾ ਰਿਜ਼ਲਟ ਹੈ। ਹੁਣ ਇੱਕ ਦੋ ਸ਼ੋਟ ਇਹਦੇ ਵਿੱਚ, ਹਾਂ ਮੈਂ ਤੁਹਾਨੂੰ ਦਿਖਾ ਦਿੰਦਾ ਇਹਦੇ ਵਿੱਚ ਕੀ ਹੈਗਾ ਆ। ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੈ ਫਲੈਸ਼ ਲਾਈਟ, ਇਹਦੀ ਫਲੈਸ਼ ਲਾਈਟ ਆ, ਇਹ ਫਲੈਸ਼ ਲਾਈਟ ਆ। ਅਤੇ ਇਹਦੇ ਅੱਗੇ ਦੋ ਮਾਈਕ ਦਿੱਤੇ ਗਏ ਨੇ, ਅੱਗੇ ਇੱਕ ਦੋ ਮਾਈਕ ਵਿੱਚ। ਮੈਂ ਉਹਨਾਂ ਨੂੰ ਜਿੱਦਾਂ ਪੁੱਛਿਆ ਸੀ ਕੈਮਰੇ ਵਾਲੇ ਨੂੰ ਕਿ ਐਕਸਟਰਾ ਮਾਈਕ ਲੱਗਦਾ ਵਾ ਕਿ ਨਹੀਂ, ਉਹਨਾਂ ਨੇ ਮੈਨੂੰ ਕਿਹਾ ਸੀ ਐਕਸਟਰਾ ਮਾਈਕ ਲੱਗ ਜਾਏਗਾ, ਪਰ ਉਹਦੇ ਲਈ ਇੱਕ ਲੀਡ ਬਣਵਾਉਣੀ ਪਏਗੀ ਜੋ ਸੱਚਾਈ ਹੈ। ਅਤੇ ਆਹ ਹੈਗੇ ਚਾਰਜਿੰਗ ਪੋਰਟਸ ਨੇ, ਤੁਸੀਂ ਇਹਨੂੰ ਮੋਬਾਈਲ ਨਾਲ ਵੀ ਸਿੱਧਾ ਅਟੈਚ ਕਰ ਸਕਦੇ ਹੋ। ਔਰ ਇਹਦੇ 'ਚ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ ਤੁਹਾਨੂੰ ਬਲੂਟੁੱਥ ਮਿਲ ਜਾਏਗਾ, ਵਾਈਫਾਈ ਮਿਲ ਜਾਏਗਾ, ਤੁਸੀਂ ਡਾਇਰੈਕਟ ਇਹਨੂੰ ਆਪਣੇ PC ਨਾਲ, ਹਾਂ ਦੇਖੋ ਬਲੂਟੁੱਥ ਔਰ ਵਾਈਫਾਈ ਦੇਖ ਪਾ ਰਹੇ ਹੋ,
हाँ ये ब्लूटूथ और वाईफाई है तो इहदा फायदा बहुत है। तुसीं सीधा ब्लूटूथ नाल भी अपना डाटा ट्रांसफर कर सकते हो और वाईफाई दे नाल भी डाटा ट्रांसफर कर सकते हो।